बिस्मिल्लाहिर्रहमानिर्रहीम तमाम देखन और सुन असल तुसी देख रहे हो साडा यूट्यूब चैनल जट जिमीदार बलॉग से ना तो और जिस तरह तुसी देख रहे हो कि असी अज मक्की जी काश शुरू करती है और अज बाई जुलाई दो हज़ार चौबीस है और अज इन ताला मैं अपने भाइयों ने शेयर कराँगा कि असी बीज जहाँ बीज रहे हैं ठीक है और ਇਸ ਤੋਂ ਬਾਅਦ ਅਸੀਂ ਕੀ ਕਾਸ਼ਟ ਕਰਾਂਗੇ। ਔਰ ਜ਼ਮੀਨ ਦੀ ਤਿਆਰੀ ਔਰ ਜਿਹੜੀ ਜ਼ਮੀਨ 'ਚ ਅਸੀਂ ਕਾਸ਼ਟ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਜੀ ਔਰ ਖੇਲਾਂ ਦੇ ਹਵਾਲੇ ਨਾਲ ਦੱਸਾਂਗੇ ਕਿ ਅਸੀਂ ਕਿਹੜੀਆਂ ਗੱਡੀਆਂ ਸੀ। ਔਰ ਇਹ ਜਿਹੜੀ ਜ਼ਮੀਨ 'ਚ ਅਸੀਂ ਕਾਸ਼ਟ ਕਰਦੇ ਪਏ ਸਾਡੀ ਧਾਨ ਵਾਲੀ ਐਰੀ ਫੈਨ ਜਿਹੜੇ ਅਸੀਂ ਕੁਝ ਦਿਨ ਪਹਿਲਾਂ ਉਹਦੀ ਕਟਾਈ ਵੀ ਕੀਤੀ ਸੀਗੀ। ਦੁਹਾ ਵੀ ਦਿਨਾ। ਇਹ ਤੁਸੀਂ ਦੇਖ ਸਕਦੇ ਜੀ। ਮੈਂ ਤਾਂ ਵਾਲੀ ਜਗ੍ਹਾ ਤੇ ਹੁਣ ਜਿਹੜੀ ਸਾਡੇ ਕੋਲ ਤਾਨ ਖਾਲੀ ਹੁੰਦੇ ਗਏ ਗੇਤਿਆਂ ਦੇ ਵਿੱਚ ਉਹ ਅਸੀਂ ਉੱਥੇ ਜਿਹੜਾ ਵਾ ਮੱਕੀ ਦੀ ਜਿਹੜੀ ਔਕਾਸ਼ ਤੇ ਕਰੀ ਜਾਵਾਂਗੇ ਠੀਕ ਹੈ ਔਰ ਮੱਕੀ ਵਾਲੀ ਜਗ੍ਹਾ ਤੇ ਅਸੀਂ ਜਿਹੜਾ ਵਾ ਜਿਹੜੀ ਸਾਡੀ ਬਾਰੀਆਂ ਮੱਕੀ ਵਾਲੀ ਜਗ੍ਹਾ ਖਾਲੀ ਹੋ ਰਹੀ ਉਹਦੇ ਵਿੱਚ ਜਿਹੜਾ ਅਸੀਂ ਮਨਸਨ ਤਾਨ ਦੀ ਜਿਹੜੀ ਕਾਸ਼ ਤੇ ਉਹ ਸ਼ੁਰੂ ਕੀਤੀ ਹੋਈ ਹੈ ਹੁਣ ਤੁਹਾਨੂੰ ਜਾ ਕੇ 20 ਵੀ ਚੈੱਕ ਕਰਵਾਉਣਾ ਬਾਕੀ ਇਹਦੇ ਬਾਰੇ ਥੋੜੀ ਡਿਟੇਲ ਤੁਹਾਨੂੰ ਸ਼ੇਅਰ ਕਰ ਦੇਣਾ ਮੈਂ ਕਿ ਇਹ ਜਿਹੜੀ ਆ ਤਾਨ ਵਾਲੀ ਜਗ੍ਹਾ ਤੇ ਇੱਥੇ ਅਸੀਂ ਦੋ ਡਿਸਕਾਂ ਦੀ ਲਾਈ ਹੈ ਦੋ ਡਿਸਕਾਂ ਤੋਂ ਬਾਅਦ ਲੇਜ਼ਰ ਕੀਤਾ ਔਰ ਲੇਜ਼ਰ ਕਰਨ ਤੋਂ ਬਾਅਦ ਜਨਾਬ ਦੋਹ ਰਹਾ ਲੰਦੀ ਲਈ ਇੱਕ ਰੂਟਾ ਵਾਟਰ ਮਾਰਿਆ ਤੇ ਖੇਲਾਂ ਕੱਢਤੀਆਂ ਜ਼ਮੀਨ ਠੀਕ ਬਣ ਗਈ ਬਹੁਤੀ ਪੱਕੇ ਜਿਹਾ ਵੱਡੀ ਜ਼ਮੀਨ ਨਹੀਂ ਆਏ ਪੱਕੇ ਵੱਡੀ ਜ਼ਮੀਨ ਹੈ ਕਦੇ ਰੂਡੇ ਨਾਲ ਕਾਬੂ ਨਹੀਂ ਹੁੰਦੀ ਠੀਕ ਹੈ ਔਰ ਜ਼ਮੀਨ ਠੀਕ ਹੈਗੀ ਕੱਚੀ ਵੀ ਨਹੀਂ ਹੈਗੀ ਤੇ ਪੱਕੀ ਵੀ ਨਹੀਂ ਹੈ ਗੱਲ ਇਹ ਕਿ ਰੂਟਾ ਇੱਕ ਮਾਰਿਆ ਸੀ ਬਿਹਤਰੀਨ ਜੜੀ ਹੋ ਜ ਬਣ ਗਈ ਹੈ ਦੂਸਰਾ ਜ਼ਮੀਨ ਔਰ ਖੇਲੀਆਂ ਜਿਹੜੀਆਂ ਅਸੀਂ ਵੱਡੇ ਰੇਜਰ ਨੇ ਜਿਹੜਾ ਜ਼ਿਆਦਾ ਦਰ ਬਾਨ ਨੇ ਉਹ ਜਿਹੜੀ ਭਾਰੀਆ ਸਿਕਾਸ਼ ਕਰਨੇ ਉਹ ਛੋਟੇ ਰੇਜਰ ਨੇ ਜਿਹੜੀ ਇੱਕ ਸਾਈਡ ਤੇ ਮਸਲ ਲੱਗਦੀ ਮੱਕੀ ਇਹ ਅਸੀਂ ਹੁਣ ਦੋਵਾਂ ਸਾਈਡਾਂ ਤੇ ਮਸਲ ਜਿਹੜਾ ਮੱਕੀ ਕਾਸ਼ ਕਰਾਂਗੇ ਖੇਲਦੇ ਦੋਵਾਂ ਸਾਈਡਾਂ ਤੇ ਮਸਲ ਜਿਹੜੇ ਉਹ ਵੀ ਲੱਗ ਜਾਣਗੇ ਛੋਟੀ ਛੇ ਖੇਲ ਕੱਢੀਏ ਤੇ ਫਿਰ ਉਹਦੇ ਇੱਕ ਸਾਈਡ ਤੇ ਮਸਲ ਲੱਗਦੇ ਨੇ ਉਹ ਜ਼ਿਆਦਾਤਰ ਜਦੋਂ ਠੰਡ ਦੇ ਵਿੱਚ ਆਪਾਂ ਮਹੀਨੇ ਭਾਰੀਆ ਕਾਸ਼ ਕਰਨੇ ਪਹਿਲੇ ਮਹੀਨੇ ਆ ਦੂਸਰੇ ਮਹੀਨੇ ਉਦੋਂ ਜਿਹੜਾ ਵਾ ਉਹ ਜ਼ਿਆਦਾ ਗੱਡੀ ਨਹੀਂ ਕਿਉਂਕਿ ਫਿਰ ਉਦੋਂ ਜ਼ਿਆਦਾ ਮਸਲਾ ਹੁੰਦਾ ਵਾ ਕਿ ਧੁੱਪ ਕੱਟ ਨਿਕਲਦੀ ਚਲੋ ਅਗਰ ਸੂਰਜ ਵਗੈਰਾ ਨਿਕਲੇ ਵੀ ਤੇ ਜਿਹੜੀ ਸਾਈਡ ਤੇ ਦਾਣਾ ਹੁੰਦਾ ਫਿਰ ਉਸ ਸਾਈਡ ਸੂਰਜ ਦੀ ਰੋਸ਼ਨੀ ਪੈਂਦੀ ਔਰ ਦਾਣਾ ਜਿਹੜੀ ਜਰਮੀਨੇਸ਼ਨ ਠੀਕ ਹੁੰਦੀ ਅੱਜ ਕੱਲ੍ਹ ਗਰਮੀ ਹੁੰਦੀ ਕੋਈ ਮਸਲਾ ਨਹੀਂ ਹੈਗਾ ਔਰ ਹੁਣ ਤੁਹਾਨੂੰ ਦਿਖਾ ਦਾਂ ਜਨਾਬੀ ਇਹ ਤੁਸੀਂ ਦੇਖ ਸਕਦੇ ਜਿਹੜਾ ਅਸੀਂ ਹੁਣ ਇਸ ਟਾਈਮ ਅਸੀਂ 10 ਕਿਥਲੇ ਜਿਹੜੇ ਨੂੰ ਲਿਆਂਦੇ ਨੇ ਸਿਰਫ ਜਿਹੜੀ ਅਗੀਤੀ ਸਾਡੇ ਕੋਲ 10 15 ਇੱਕੋਂ ਜਿਹੜੀ ਖਾਲੀ ਹੋਈ ਉਹਦੇ ਵਾਸਤੇ ਮਸਲ ਜਿਹੜੀ ਨਾ 10 ਕਿਥਲੇ ਕਰ ਲੈ ਆਂਦੇ ਨੇ ਇਹ ਤੁਸੀਂ ਦੇਖ ਸਕਦੇ ਜੀ P4040 ਮਸਲ 4040 ਇਸ ਜਿਹੜਾ ਵਿਕਾਸ ਕਰਦੇ ਪਏ ਗੇਤੇ ਵਾਸਤੇ ਬਿਹਤਰੀਨ ਹੈਗਾ ਵਾ ਔਰ ਇਹ ਤਕਰੀਬਨ 4-5 ਥੱਲੇ ਮੈਂ ਇਕੱਠੇ ਜਿਹੜੇ ਬੀ ਜਿਹੜਾ ਵਾ ਹੁਣ ਦਵਾਈ ਲਾ ਕੇ ਇਹ ਲੈ ਆਂਦਾ ਆ ਤੁਸੀਂ ਚੈੱਕ ਕਰ ਸਕਦੇ ਠੀਕ ਹੈ ਮੈਂ ਕਿਹਾ ਥੱਲੇ ਕੀ ਚੱਕਣੇ ਇੱਕੋ ਮਸਲ ਬੋਰੀ ਜੀ ਪਾ ਲੈਣ ਇਕੱਠੇ ਔਰ ਇਹ 4040 ਇਸ ਪਿਛਲੀ ਦਫਾ ਵਿਕਾਸ ਕੀਤੀ ਸੀ ਐਵਰੇਜ ਮਾਸ਼ਾਅੱਲਾ ਠੀਕ ਹੈਗੀ ਅਗੇਤੇ ਵਾਸਤੇ ਔਰ ਜਿਹੜੀ ਅਗੇਤੀ ਮੈਂ ਕਹੀ ਸੀ ਸਾਡੇ ਇਲਾਕੇ ਚ ਕਾਸ਼ਤ ਹੁੰਦੀ ਔਰ ਸਾਡੇ ਇੱਕ ਦੋਸਤ ਨੇ ਜਿਹੜਾ ਵਾ ਤਕਰੀਬਨ ਇੱਕ ਹਫਤਾ ਪਹਿਲੋ ਕਾਸ਼ਤ ਵੀ ਕੀਤੀ ਹੈ ਨਾਲ ਉਹਨਾਂ ਦੀ ਕਾਸ਼ਤ ਹੋਈ ਖੜੀ ਕਹਿਣ ਦਾ ਪਰ ਵੀ ਕਹਿ ਸਕਦੇ ਆਪਾਂ ਕਾਸ਼ ਕੀਤੀ ਪਰ ਆਪਣੀ ਨਹੀਂ ਦੀ ਪਹਿਲੇ ਹਾਲ ਤੁਸੀਂ ਦੇਖ ਸਕਦੇ ਜੇ ਇਹਦੇ ਜਿਹੜਾ ਵਾ ਆ ਨਿਕਲੀ ਖੜੀ ਹੈ ਆਗਾ ਹੋ ਗਿਆ ਮਸੇ ਜਰਮੀਨੇਸ਼ਨ ਹੋ ਗਈ तकरीबन ਹਫਤੇ ਦੇ ਵਿੱਚ ਜਰਮੀਨੇਸ਼ਨ ਮੁਕੰਮਲ ਅੱਜ ਕੱਲ੍ਹ ਹੋ ਜਾਂਦੀ ਚੌਥੇ ਦਿਨ ਨਿਕਲਣ ਦੀ ਮੱਕਈ ਵੈਸੇ ਵੀ ਜਿੰਨੀ ਗਰਮੀ ਪੈਣ ਲਈ ਤੇ ਬਾਕੀ ਸਾਡੇ ਇਲਾਕੇ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਨੇ ਉਹ 15 ਜੁਲਾਈ ਤੋਂ ਬਾਅਦ ਜਿਹੜਾ ਵਾ ਉਹਦੀ ਕਾਸ਼ ਸ਼ੁਰੂ ਕਰਦੇ ਨੇ ਬਾਕੀ ਕਸੂਰ ਵਾਲੇ ਏਰੀਆ ਦੇ ਵਿੱਚ ਜਿਹੜਾ ਵਾ ਸਭ ਤੋਂ ਅਗੇਤੇ ਜਿਹੜੇ ਨੇ ਕਾਸ਼ ਕਰ ਲੈਂਦੇ ਨੇ ਠੀਕ ਹੈ ਉਹ ਥੋੜਾ ਜਿਹਾ ਕਿ 10-15 ਦਿਨ ਸਾਡੇ ਤੋਂ ਹੋ ਗਏ ਤੈਨ ਲੇਕਿਨ ਸਾਡੇ ਏਰੀਆ ਦੇ ਵਿੱਚ ਜਿਹੜੀ ਜੁਲਾਈ ਦੇ ਮਸਲ ਦੂਸਰੇ ਹਫਤੇ ਦੇ ਵਿੱਚ ਜਿਹੜੀ ਮੱਕੀਆਂ ਦੀ ਕਾਸ਼ ਸਾਡੇ ਇਲਾਕੇ ਚ ਜਿਹੜੇ ਮੈਂ ਆਪਣੇ ਇਲਾਕੇ ਦੀ ਗੱਲ ਕਰਦਾ ਪਿਆ ਇੱਥੇ ਹੁਣ ਮਸਲ ਭਾਈ ਹੁਣ 15 ਨੂੰ ਕਾਸ਼ ਕੀਤੀ ਹੈ 14 ਨੂੰ ਕੀਤੀ ਹੋਈ ਹੈ ਔਰ 22 ਨੂੰ ਅਸੀਂ ਸਟਾਰਟ ਨੂੰ ਸਾਢੇ ਸ਼ੁਰੂ ਹੋਗੀ ਔਰ ਅਸੀਂ ਕਾਸ਼ ਕਰਦੇ ਜਾਵਾਂਗੇ ਔਰ ਆਪਣੇ ਭਾਈਆਂ ਨਾਲ ਇਨਸ਼ਾ ਅੱਲਾਹ ਲਗਾਏ ਗਏ ਮੈਂ ਸ਼ੇਅਰ ਕਰਦਾ ਰਹਾਂਗਾ ਠੀਕ ਹੈ ਇਸ ਤੋਂ ਬਾਅਦ ਅਸੀਂ ਇੰਦੇ ਆਲੂ ਵੀ ਕਾਸ਼ ਕਰ ਸਕਨੇ ਆ ਠੀਕ ਹੈ ਔਰ ਜ਼ਿਆਦਾ سارے ਚਾਂਸਸ ਹੁੰਦੇ ਨੇ ਆਲੂ ਦੇ ਸਕੋਂ ਕੇ ਸਭ ਤੋਂ ਪਹਿਲੇ ਤਾਂ ਹੁਣ ਤਾਂ ਵਾਲੀ ਜਿਹੜੀ ਉਹ ਮਸਲ ਜਿਹੜੀ ਹੁਣ ਅਸੀਂ 1509 ਲਾ ਰਹੇ ਉਹ ਗੰਦੇ ਨਾਲ ਜਲਦੀ ਜਿਹੜੀ ਖਾਲੀ ਹੋ ਜਾਏਗੀ ਫਿਰ ਸਾਡਾ ਇੱਕ ਰੂਟੀਨ ਹੈਗੀ ਕਿ ਜਿਹੜਾ 10 15 ਏਕੜ ਜਿਵੇਂ ਜਿਵੇਂ ਖਾਲੀ ਹੁੰਦੀ ਗਈ ਅਗੇਤੀ ਫਿਰ ਪਛੇਤੀ ਫਿਰ ਉਸ ਤੋਂ ਪਛੇਤੀ ਮਸਲ ਜਿਹੜਾ ਨਾ ਉਹ ਮਹੀਨਾ ਡੇਢ ਫਸਲ ਦੀ ਜਿਹੜੀ ਕਾਸ਼ਤ ਚੋ ਜਾਰੀ ਰਹਿੰਦੀ ਤੇ ਹੁਣ ਮੱਕੀ ਲਾਤੀ ਇਹਦੇ ਵਿੱਚ ਵੀ ਇਨਸ਼ਾ ਅੱਲਾਹ ਇਨਸ਼ਾ ਅੱਲਾਹ ਇਸ ਤੋਂ ਬਾਅਦ ਤੁਸੀਂ ਗੰਦਰ ਵੀ ਕਾਸ਼ਤ ਵੀ ਕਰ ਸਕਦੇ ਗੰਦਰ ਵੀ ਇਹਦੇ ਚ ਕਾਸ਼ਤ ਹੋ ਸਕਦੀ ਹੈ ਬਾਕੀ ਅੱਜ ਦੀ ਡਿਟੇਲ ਇੰਨੀ ਕੀ ਬਾਕੀ ਦੁਆਵਾਂ ਮੇ ਯਾਦ ਰੱਖੀਂ ਆਪਣਾ ਖਿਆਲ